ਨਸ਼ਿਆਂ ਦੇ ਵਿਰੁੱਧ ਚੱਲ ਰਹੀ ਜੰਗ ਦੇ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਵੱਡਾ ਝਟਕਾ ਦਿੰਦੇ ਹੋਏ ਕਮਿਸ਼ਨਰੇਟ ਪੁਲਿਸ ਦੇ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਨਸ਼ਾ ਤਸਕਰੀ ਦੇ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਅਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ 3 ਕਿਲੋ ਅਫੀਮ, 1 ਰਿਵਾਲਵਰ, 1 ਰਾਈਫਲ ਅਤੇ 44 ਜਿੰਦਾ ਰੌਂਦ, 20,000 ਰੁਪਏ ਡਰੱਗ ਮਨੀ ਅਤੇ 1 ਫੋਰਚੂਨਰ ਗੱਡੀ ਸਮੇਤ 2 ਮੋਬਾਈਲ ਫੋਨ ਬਰਾਮਦ ਕੀਤੇ। DCP ਇਨਵੈਸਟੀਗੇਸ਼ਨ ਅੰਮ੍ਰਿਤਸਰ ਹਰਪ੍ਰੀਤ ਸਿੰਘ ਮੰਡੇਰ ਨੇ ਫੜੇ ਗਏ ਨਸ਼ਾ ਤਸਕਰਾਂ ਦੀ ਪਛਾਣ ਸੁਰਜੀਤ ਸਿੰਘ ਵਾਸੀ ਪਿੰਡ ਪੱਗੂਪੁਰ ਉਤਾੜ ਜ਼ਿਲ੍ਹਾ ਅੰਮ੍ਰਿਤਸਰ ਦੀ ਹਾਥੀ, ਉਮਰ 44 ਸਾਲ, ਪੜ੍ਹਾਈ 10ਵੀਂ ਪਾਸ, ਕੰਮਕਾਰ ਖੇਤੀਬਾੜੀ ਅਤੇ ਗੁਰਕਿਰਤ ਸਿੰਘ ਵਾਸੀ ਹਰਗੋਬਿੰਦਪੁਰਾ ਗੁਰੂ ਕੀ ਵਡਾਲੀ ਸ਼ੇਰਠਾ ਅੰਮ੍ਰਿਤਸਰ, ਉਮਰ 21 ਸਾਲ ਅਤੇ ਪੜ੍ਹਾਈ 12ਵੀਂ ਕਲਾਸ ਦੇ ਵਿੱਚ ਪੜ੍ਹ ਰਿਹਾ ਅਤੇ ਕੰਮਕਾਰ ਕਿਸੇ ਮੈਡੀਕਲ ਸਟੋਰ ਤੇ ਕਰਦਾ। ਸੋ ਇਸ ਦੀ ਜਿਹੜੀ ਆ ਪਛਾਣ ਹੋਈ ਹੈ। ਮਾਨਯੋਗ DGP ਸਾਹਿਬ ਪੰਜਾਬ ਅਤੇ ਮਾਨਯੋਗ CP ਸਾਹਿਬ ਅੰਮ੍ਰਿਤਸਰ, ਜਿਨ੍ਹਾਂ ਦੀਆਂ ਹਦਾਇਤਾਂ ਔਰ ਦਿਸ਼ਾ ਨਿਰਦੇਸ਼ 'ਤੇ ਔਲਰੇਡੀ ਮਾੜੇ ਅੰਸਰਾਂ ਦੇ ਖਿਲਾਫ ਔਰ ਸਪੈਸ਼ਲੀ ਜਿਹੜੇ ਡਰੱਗ ਸਮਗਲਰਸ ਔਰ ਪੈਡਲਰਸ ਨੇ, ਉਹਨਾਂ ਦੇ ਅਗੇਂਸਟ ਮੁਹਿੰਮ ਸਾਡੀ ਔਲਰੇਡੀ ਚੱਲ ਰਹੀ ਆ। ਉਹਦੀ ਕੰਟੀਨਿਊਸ਼ਨ ਦੇ ਵਿੱਚ ਹੀ ਸਾਡੀ ਟੀਮ SP ਸਾਹਿਬ, ਵਿਰਕ ਸਾਹਿਬ, ਕਮਲਜੀਤ ਸਿੰਘ ACP ਸਾਹਿਬ ਅਤੇ ਦਿਲਬਾਗ ਸਿੰਘ CIA ਦੇ ਜਿਹੜੇ ਇੰਚਾਰਜ ਆ, ਇਸ ਟੀਮ ਨੂੰ ਅੱਜ ਸਫਲਤਾ ਮਿਲੀ ਆ, ਜਿਹਦੇ ਤਹਿਤ ਦੋ ਬੰਦੇ, ਸੁਰਜੀਤ ਸਿੰਘ ਜਿਹੜਾ ਇਹ ਪੱਗੂਪੁਰ ਹੈ ਜਨਾਲੇ ਦੇ ਵਿੱਚ ਪਿੰਡ, ਐਂਡ ਇਹਦੇ ਨਾਲ ਗੁਰਕੀਰਤ ਆ ਵਡਾਲੀ ਇੱਥੇ ਛਿਆਟੇ ਦਾ, ਇਹ ਦੋ ਜਾਣਿਆਂ ਨੂੰ ਅਰੈਸਟ ਕੀਤਾ ਆ। ਔਰ ਇੱਕ FIR 17 ਨੰਬਰ NDPS ਐਕਟ ਤਹਿਤ ਦਰਜ ਕੀਤੀ ਆ, ਔਰ ਇਹਨਾਂ ਕੋਲੋਂ 3 ਕਿਲੋ ਓਪੀਅਮ ਔਰ 3 ਵੈਪਨ ਨੇ, 1 32 ਬੋਰ ਰਿਵਾਲਵਰ ਆ, 1 ਸਪਰਿੰਗਫੀਲਡ ਰਾਈਫਲ ਆ, ਐਂਡ 1 12 ਬੋਰ ਦੀ ਰਾਈਫਲ ਆ, ਔਰ ਇਹਦੇ ਨਾਲ ਹੀ ਜਿੰਦਾ ਕਾਰਤੂਸ ਵੀ ਨੇ, ਔਰ 20,000 ਦੀ ਡਰੱਗ ਮਨੀ ਰਿਕਵਰ ਕੀਤੀ ਆ। ਔਰ ਇਹ ਬੜੀ ਚੰਗੀ ਸਫਲਤਾ ਸਾਡੀ ਟੀਮ ਨੂੰ ਮਿਲੀ ਆ, ਜਿਹੜੀ ਕਿ ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ। ਜਿਹੜਾ ਸੁਰਜੀਤ ਸਿੰਘ ਹੈ ਜੀ, ਇਹ 44 ਸਾਲ ਆ ਇਹਦੀ ਏਜ, ਔਰ ਗੁਰਕੀਰਤ ਯੰਗ ਮੁੰਡਾ ਆ, ਉਹ 21 ਸਾਲ ਆ। ਜਿਹੜਾ ਸੁਰਜੀਤ ਹੈ ਇਹਦੀ ਪਹਿਲਾਂ ਵੀ ਕ੍ਰਿਮੀਨਲ ਬੈਕਗਰਾਊਂਡ ਆ, ਸਰਾਏ ਮਾਨਤਖਾ ਇਹਦੇ ਅਗੇਂਸਟ ਇੱਕ ਪਰਚਾ ਦਰਜ ਹੈਗਾ ਔਲਰੇਡੀ 1/2 ਕਿਲੋ OPM ਦਾ, 2014 ਦਾ। ਔਰ ਇਹ ਜਿਹੜਾ ਮੁੰਡਾ ਯੰਗ ਆ, ਨੈਚੁਰਲੀ ਇਹਨੇ ਇਹਨੂੰ ਜਾਂ ਤਾਂ ਮਤਲਬ ਮਨੀ ਦਾ ਲਾਲਚ ਅਤੇ ਫਲੈਸ਼ੀ ਲਾਈਫ ਸਟਾਈਲ ਕਰਕੇ ਜੋ ਬੱਚਿਆਂ 'ਚ ਰੁਝਾਨ ਹੈਗਾ ਇਹਨੇ ਉਹਨੂੰ ਨਾਲ ਲਾ ਲਿਆ। ਇਹ ਹਜੇ ਪ੍ਰੀਲਿਮਨਰੀ ਜਿਹੜੀ ਇਹਨਾਂ ਦੀ ਪੁੱਛਗਿੱਛ ਆ ਉਹਦੇ ਮੁਤਾਬਕ ਝਾਰਖੰਡ ਤੋਂ ਆਏ ਆ ਜੀ, ਬਾਕੀ ਇਹਨੂੰ ਇਨ ਡੈਪਥ ਸਾਡੀ ਟੀਮ ਚੈੱਕ ਕਰੇਗੀ। ਫੋਰਚੂਨਰ 1 ਗੱਡੀ ਵੀ ਹੈ ਜੀ, ਜਿਹਦੇ ਨਹੀਂ ਉਹ ਹਾਲੇ ਚੈੱਕ ਕਰ ਰਹੇ ਜੀ, ਉਹਦੇ ਕਵਰੇਜ ਜਿਹੜੇ ਹਾਲੇ ਤੱਕ ਤਾਂ ਸਿਰਫ ਇਹ ਸੀ, ਇਹਦੇ ਜਿਹੜੇ ਫਾਰਵਰਡ ਅਤੇ ਬੈਕਵਰਡ ਲਿੰਕਸ 'ਤੇ ਅਸੀਂ ਕੰਮ ਕਰ ਰਹੇ ਹਾਂ। ਜਿਹੜੇ ਬੈਕਵਰਡ ਲਿੰਕਸ ਤੋਂ ਇਹ ਗੱਲ ਆਈ ਹੈ ਵੀ ਇਹ ਝਾਰਖੰਡ ਤੋਂ ਆਈ ਹੈ, ਹਾਲਾਂਕਿ ਜਿਹੜੀਆਂ ਅਸੀਂ ਪਿਛਲੀਆਂ ਰਿਕਵਰੀਜ਼ ਕੀਤੀਆਂ ਉਹ 'ਚ ਝਾਰਖੰਡ ਘੱਟ ਆਇਆ। ਔਰ ਵੈਸੇ ਇਨ ਜਿਹੜੀ ਹਿਸਟਰੀ ਹੈ ਇਹਦੀ NDPS ਦੀ, ਉਹ 'ਚ ਅੱਗੇ ਵੀ ਉੱਥੋਂ ਸਪਲਾਈ ਹੁੰਦੀ ਰਹੀ ਹੈ, ਪਰ ਸਾਡੇ ਆ ਰੀਸੈਂਟਲੀ ਕੇਸਿਸ 'ਚੋਂ ਇਹ ਕੇਸ ਆਇਆ। ਵੈਪਨ ਵੈਸੇ ਇਹਦੇ ਕੋਲ ਲਾਈਸੈਂਸ ਹੈਗਾ ਆ ਪਰ ਐਕਸਪਾਇਰ ਆ, ਇਸ ਕਰਕੇ ਐਟ ਪ੍ਰੈਜੈਂਟ ਇਹ ਇਲੀਗਲ ਵੈਪਨ ਹੀ ਨੇ।